ਤਾਂ ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਸਾਬਕਾ ਆਈਐਸ ਦੀ ਕੋਠੀ ਤੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਮੌਕੇ ਤੇ ਮਹਿੰਗੇ ਹੀਰੇ ਤੇ ਜ਼ੇਵਰ ਬਰਾਮਦ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਹੀਰਿਆਂ ਦੀ ਕੁੱਲ ਕੀਮਤ 12 ਕਰੋੜ ਦੱਸੀ ਜਾ ਰਹੀ ਹੈ ਜਦਕਿ 7 ਕਰੋੜ ਦਾ ਸੋਨਾ ਅਤੇ 1 ਕਰੋੜ ਕੈਸ਼ ਵੀ ਹੈ ਉਹ ਬਰਾਮਦ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਨੋਇਡਾ ਅਥਾਰਟੀ ਦੇ ਸਾਬਕਾ ਸੀਓ ਵੀ ਰਹੇ ਨੇ ਮਹਿੰਦਰ ਸਿੰਘ ਤਾਂ ਦੱਸ ਦਈਏ ਕਿ ਬਰਾਮਦ ਹੀਰਿਆਂ ਦੇ ਵਿੱਚੋਂ 1 ਹੀਰੇ ਦੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ ਤਾਂ ਲੋਟਸ 300 ਪ੍ਰੋਜੈਕਟ ਨੂੰ ਲੈ ਕੇ ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਚੰਡੀਗੜ੍ਹ ਦਿੱਲੀ ਨੋਇਡਾ ਸਮੇਤ ਮੇਰਠ ਦੇ ਵੀ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਮੇਰਠ ਦੇ ਵੱਡੇ ਬਿਲਡਰ ਆਦਿਤਿਆ ਗੁਪਤਾ ਦੇ ਠਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ ਜਿਸ ਦੇ ਵਿੱਚੋਂ ਉਹਨਾਂ ਨੂੰ 5 ਕਰੋੜ ਦਾ ਇੱਕ ਹੀਰਾ ਵੀ ਬਰਾਮਦ ਹੋਇਆ ਤਾਂ ਕੁੱਲ ਦੱਸ ਦਈਏ ਕਿ 12 ਕਰੋੜ ਦੇ ਹੀਰੇ 7 ਕਰੋੜ ਦਾ ਸੋਨਾ ਅਤੇ 1 ਕਰੋੜ ਕੈਸ਼ ਹੈ ਜਿਹੜਾ ਈਡੀ ਦੇ ਵੱਲੋਂ ਬਰਾਮਦ ਕੀਤਾ ਗਿਆ ਜਿਸ ਦੇ ਵਿੱਚੋਂ 1 ਹੀਰਾ ਹੀ ਸਿਰਫ 5 ਕਰੋੜ ਦਾ ਤਾਂ ਲਗਾਤਾਰ ਈਡੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਲੋਟਸ 300 ਪ੍ਰੋਜੈਕਟ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਸਾਬਕਾ ਆਈਐਸ ਦੀ ਕੋਠੀ ਤੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਮੌਕੇ ਤੇ ਮਹਿੰਗੇ ਹੀਰੇ ਤੇ ਜ਼ੇਵਰ ਬਰਾਮਦ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਹੀਰਿਆਂ ਦੀ ਕੁੱਲ ਕੀਮਤ 12 ਕਰੋੜ ਦੱਸੀ ਜਾ ਰਹੀ ਹੈ ਜਦਕਿ 7 ਕਰੋੜ ਦਾ ਸੋਨਾ ਅਤੇ 1 ਕਰੋੜ ਕੈਸ਼ ਵੀ ਹੈ ਉਹ ਬਰਾਮਦ ਕੀਤਾ ਗਿਆ ਤਾਂ ਦੱਸ ਦਈਏ ਕਿ ਨੋਇਡਾ ਅਥਾਰਟੀ ਦੇ ਸਾਬਕਾ ਸੀਓ ਵੀ ਰਹੇ ਨੇ ਮਹਿੰਦਰ ਸਿੰਘ ਤਾਂ ਦੱਸ ਦਈਏ ਕਿ ਬਰਾਮਦ ਹੀਰਿਆਂ ਦੇ ਵਿੱਚੋਂ 1 ਹੀਰੇ ਦੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ ਤਾਂ ਲੋਟਸ 300 ਪ੍ਰੋਜੈਕਟ ਨੂੰ ਲੈ ਕੇ ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਚੰਡੀਗੜ੍ਹ ਦਿੱਲੀ ਨੋਇਡਾ ਸਮੇਤ ਮੇਰਠ ਦੇ ਵੀ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਮੇਰਠ ਦੇ ਵੱਡੇ ਬਿਲਡਰ ਆਦਿਤਿਆ ਗੁਪਤਾ ਦੇ ਠਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ ਜਿਸ ਦੇ ਵਿੱਚੋਂ ਉਹਨਾਂ ਨੂੰ 5 ਕਰੋੜ ਦਾ ਇੱਕ ਹੀਰਾ ਵੀ ਬਰਾਮਦ ਹੋਇਆ ਤਾਂ ਕੁੱਲ ਦੱਸ ਦਈਏ ਕਿ 12 ਕਰੋੜ ਦੇ ਹੀਰੇ 7 ਕਰੋੜ ਦਾ ਸੋਨਾ ਅਤੇ 1 ਕਰੋੜ ਕੈਸ਼ ਹੈ ਜਿਹੜਾ ਈਡੀ ਦੇ ਵੱਲੋਂ ਬਰਾਮਦ ਕੀਤਾ ਗਿਆ ਜਿਸ ਦੇ ਵਿੱਚੋਂ 1 ਹੀਰਾ ਹੀ ਸਿਰਫ 5 ਕਰੋੜ ਦਾ ਤਾਂ ਲਗਾਤਾਰ ਈਡੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਲੋਟਸ 300 ਪ੍ਰੋਜੈਕਟ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।